ਗਲਤ ਕੰਮ ਵਿੱਚ ਪੈ ਗਿਆ ਸੀਗਾ ਜਿਵੇਂ ਕਿ ਲੜਾਈ ਝਗੜੇ ਦੇ ਵਿੱਚ ਕਹਿੰਦੇ ਸੀਗੇ ਤੇ ਆਪਾਂ ਬੇਤਲ ਕਰਦਾ ਹੈ ਚਲੋ ਕੀ ਨਾਮ ਹੈ ਤੁਹਾਡਾ ਬੇਟੇ ਦਾ ਕੀ ਨਾਮ ਹੈ ਕੀ ਗੱਲਬਾਤ ਹੋਈ ਜੀ ਮੇਰਾ ਨਾਮ ਰਾਮ ਕੁਮਾਰ ਹੈ ਜੀ ਮੇਰੇ ਬੇਟੇ ਦਾ ਨਾਮ ਸੰਜੂ ਬਾਹਮਣ ਸੰਜੀਵ ਕੁਮਾਰ ਹੈ ਜੀ ਅਤੇ ਉਹਨੂੰ ਬੇਦਲ ਕੀਤਾ ਹੋਇਆ ਜੀ ਯਾਨੀ ਕਿ ਕਿੰਨੇ ਸਾਲਾਂ ਤੋਂ ਤਕਰੀਬਨ 10 ਸਾਲ ਹੋ ਗਏ ਹੋਏ ਅਤੇ ਉਹ ਯਾਨੀ ਕਿ ਆਪਣੇ ਕਹਿਣੇ ਤੋਂ ਬਾਹਰ ਸੀਗਾ ਕੰਮ ਕਰਕੇ ਨਹੀਂ ਸੀ ਘਰਦਾ ਜੱਟਾਂ ਦੇ ਮੁੰਡੇ ਉੱਠੇ ਬੈਠਣ ਲੱਗ ਪਿਆ ਸੀ ਇਸ ਕਰਕੇ ਬੇਦਲ ਕੀਤਾ ਹੋਇਆ ਸੀ ਮੈਨੂੰ ਜੋ ਹੋਇਆ ਇਨਕਾਊਂਟਰ ਮੈਨੂੰ ਕੁਛ ਨਹੀਂ ਪਤਾ ਕਾਹਦੇ ਬਾਰੇ ਕੀ ਕੀਤਾ ਕੀ ਨਹੀਂ ਹੋਇਆ ਅੰਕਲ ਦੀਆਂ ਸ਼ਿਕਾਇਤਾਂ ਸ਼ਿਕੁਤਾਂ ਵੀ ਨਹੀਂ ਕਰੇ ਜਦੋਂ ਤੁਸੀਂ ਬੇਦਖਲ ਕੀਤਾ ਹਾਂ ਵੀ ਲੜਾਈ ਹੋ ਗਈ ਜਾਂ ਇੱਦਾਂ ਹੋ ਗਿਆ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਸੀ ਅੱਛਾ ਜੀ ਅਤੇ ਇਹ ਇਨਕਾਊਂਟਰ ਕੀਤਾ ਗਿਆ ਕਿਸ ਕਿਉਂ ਦੇ ਦਿਓ ਮਨ 'ਚ ਬੜੇ ਚਾਹ ਹੋਣੇ ਤੁਹਾਡੇ ਮੇਰਾ ਮੁੰਡਾ ਵੱਡਾ ਹੋਊਗਾ ਮੇਰੇ ਬੁਢਾਪੇ ਦਾ ਸਹਾਰਾ ਬਣੂਗਾ ਅਤੇ ਅੱਜ ਉਹ ਬੇਟਾ ਤੁਹਾਡੇ ਵਿੱਚ ਨਹੀਂ ਰਿਹਾ ਕੀ ਕਹਿਣਾ ਚਾਹੋਗੇ ਬਾਜੀ ਚੰਗੇ ਹੁੰਦਾ ਤਾਂ ਆਪਣੇ ਵਿੱਚ ਹੁੰਦਾ ਕੰਮ ਕਰਦਾ ਚੰਗੇ ਕੰਮ ਕਰਦਾ ਯਾਨੀ ਕਿ ਹੁਣ ਇਹਨੇ ਇੱਕ ਤੁਹਾਡਾ ਬੇਟਾ ਜਿਹੜਾ ਸੰਜੂ ਬਾਹਮਣ ਹੈ ਜਿਹਦਾ ਨਾਂ ਦੱਸਿਆ ਜਾ ਰਿਹਾ ਜਿਹਦਾ ਇਨਕਾਊਂਟਰ ਹੋਇਆ ਅਤੇ ਹੋਰ ਵੀ ਤੁਹਾਡਾ ਬੇਟਾ ਹੈਗਾ ਕੋਈ ਹਾਂਜੀ ਉਹ ਕੀ ਕਰਦਾ ਉਹ ਇੱਕ ਗੱਡੀ ਚਲਾਉਂਦਾ ਯਾਨੀ ਕਿ ਠੀਕ ਹੈ ਅਤੇ ਉਹ ਜਾਗਟਾਂ ਜੁਗਟਾਂ ਦਾ ਅੱਛਾ ਅਤੇ ਉਹ ਤੁਹਾਡੇ ਨਾਲ ਰਹਿੰਦੇ ਨਹੀਂ ਮੇਰੇ ਉਹ ਵੀ ਨਹੀਂ ਨਾਲ ਰਹਿੰਦਾ ਮਤਲਬ ਉਹ ਬਾਹਰ ਕੰਮ ਪੁਲਿਸ ਨੇ ਤੁਹਾਨੂੰ ਦੱਸ ਦਿੱਤਾ ਸੀਗਾ ਵੀ ਤੁਹਾਡੇ ਬੇਟੇ ਦਾ ਇਨਕਾਊਂਟਰ ਹੋ ਗਿਆ ਹੁਣ ਤੱਕ ਦੱਸਿਆ ਪੁਲਿਸ ਨੇ ਨਹੀਂ ਗਲਤ ਕੰਮ ਵਿੱਚ ਪੈ ਗਿਆ ਸੀਗਾ ਜਾਨੀ ਕਿ ਲੜਾਈ ਝਗੜੇ ਦੇ ਵਿੱਚ ਕਹਿੰਦੇ ਸੀਗੇ ਤੇ ਆਪਾਂ ਬੇਦਲ ਕਰਦਾ ਹੈ ਚਲੋ ਕੀ ਨਾਮ ਹੈ ਤੁਹਾਡਾ ਬੇਟੇ ਦਾ ਨਾਮ ਹੈ ਕੀ ਗੱਲਬਾਤ ਹੋਈ ਜੀ ਮੇਰਾ ਨਾਮ ਰਾਮ ਕੁਮਾਰ ਹੈ ਜੀ ਮੇਰੇ ਬੇਟੇ ਦਾ ਨਾਮ ਸੰਜੂ ਬਾਹਮਣ ਸੰਜੀਵ ਕੁਮਾਰ ਹੈ ਜੀ ਅਤੇ ਉਹਨੂੰ ਬੇਦਲ ਕੀਤਾ ਹੋਇਆ ਜੀ ਯਾਨੀ ਕਿ ਕਿੰਨੇ ਸਾਲਾਂ ਤੋਂ ਤਕਰੀਬਨ 10 ਸਾਲ ਹੋ ਗਏ ਹੋਏ ਅਤੇ ਉਹ ਯਾਨੀ ਕਿ ਆਪਣੇ ਕਹਿਣੇ ਤੋਂ ਬਾਹਰ ਸੀਗਾ ਕੰਮ ਕਰਕੇ ਨਹੀਂ ਸੀ ਘਰਦਾ ਜੱਟਾਂ ਦੇ ਮੁੰਡੇ ਉੱਠੇ ਬੈਠਣ ਲੱਗ ਪਿਆ ਸੀ ਇਸ ਕਰਕੇ ਬੇਦਲ ਕੀਤਾ ਹੋਇਆ ਸੀ ਮੈਨੂੰ ਜੋ ਹੋਇਆ ਇਨਕਾਊਂਟਰ ਮੈਨੂੰ ਕੁਛ ਨਹੀਂ ਪਤਾ ਕਾਹਦੇ ਬਾਰੇ ਕੀ ਕੀਤਾ ਕੀ ਨਹੀਂ ਹੋਇਆ ਬਸ ਮੈਨੂੰ ਅਤੇ ਅੰਕਲ ਦੀਆਂ ਸ਼ਿਕਾਇਤਾਂ ਸ਼ਿਕੁਤਾਂ ਵੀ ਨਹੀਂ ਕਰੇ ਜਦੋਂ ਤੁਸੀਂ ਬੇਦਖਲ ਕੀਤਾ ਹਾਂ ਵੀ ਲੜਾਈ ਹੋ ਗਈ ਜਾਂ ਇੱਦਾਂ ਹੋ ਗਿਆ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਸੀ ਅੱਛਾ ਜੀ ਅਤੇ ਇਹ ਇਨਕਾਊਂਟਰ ਕੀਤਾ ਗਿਆ ਕਿਸ ਕਿਉਂ ਦੇ ਦਿਓ ਮਨ 'ਚ ਬੜੇ ਚਾਹ ਹੋਣੇ ਤੁਹਾਡੇ ਮੇਰਾ ਮੁੰਡਾ ਵੱਡਾ ਹੋਊਗਾ ਮੇਰੇ ਬੁਢਾਪੇ ਦਾ ਸਹਾਰਾ ਬਣੂਗਾ ਅਤੇ ਅੱਜ ਉਹ ਬੇਟਾ ਤੁਹਾਡੇ ਵਿੱਚ ਨਹੀਂ ਰਿਹਾ ਕੀ ਕਹਿਣਾ ਚਾਹੋਗੇ ਬਾਜੀ ਚੰਗੇ ਹੁੰਦਾ ਤਾਂ ਆਪਣੇ ਵਿੱਚ ਹੁੰਦਾ ਕੰਮ ਕਰਦਾ ਚੰਗੇ ਕੰਮ ਕਰਦਾ ਯਾਨੀ ਕਿ ਹੁਣ ਇਹਨੇ ਇੱਕ ਤੁਹਾਡਾ ਬੇਟਾ ਜਿਹੜਾ ਸੰਜੂ ਬਾਹਮਣ ਹੈ ਜਿਹਦਾ ਨਾਂ ਦੱਸਿਆ ਜਾ ਰਿਹਾ ਜਿਹਦਾ ਇਨਕਾਊਂਟਰ ਹੋਇਆ ਅਤੇ ਹੋਰ ਵੀ ਤੁਹਾਡਾ ਬੇਟਾ ਹੈਗਾ ਕੋਈ ਹਾਂਜੀ ਉਹ ਕੀ ਕਰਦਾ ਉਹ ਇੱਕ ਗੱਡੀ ਚਲਾਉਂਦਾ ਯਾਨੀ ਕਿ ਠੀਕ ਹੈ ਅਤੇ ਉਹ ਜਾਗਟਾਂ ਜੁਗਟਾਂ ਦਾ ਅੱਛਾ ਅਤੇ ਉਹ ਤੁਹਾਡੇ ਨਾਲ ਰਹਿੰਦੇ ਨਹੀਂ ਮੇਰੇ ਉਹ ਵੀ ਨਹੀਂ ਨਾਲ ਰਹਿੰਦਾ ਮਤਲਬ ਬਾਹਰ ਕੰਮ ਪੁਲਿਸ ਨੇ ਤੁਹਾਨੂੰ ਦੱਸ ਦਿੱਤਾ ਸੀਗਾ ਵੀ ਤੁਹਾਡੇ ਬੇਟੇ ਦਾ ਇਨਕਾਊਂਟਰ ਹੋ ਗਿਆ ਹੁਣ ਤੱਕ ਦੱਸਿਆ ਪੁਲਿਸ ਨੇ ਨਹੀਂ